ਇਹ ਹਿੰਦੂਆਂ ਦਾ ਵੀ ਆਗੂ ਨਹੀਂ, ਇੱਥੇ ਬੜੀ ਇਹ ਕੀਤੀ ਜਾ ਰਹੀ ਵੀ ਹਿੰਦੂ ਆਗੂ ਮਾਰਿਆ ਗਿਆ। ਬਾਰ ਬਾਰ ਸ਼ਬਦ ਨਹੀਂ ਵਰਤਣਾ ਚਾਹੀਦਾ, ਹਿੰਦੂ ਕਿਹੜੇ ਨੇ ਉਹਨੂੰ ਆਪਣਾ ਆਗੂ ਮੰਨਿਆ ਸੀ, ਕਿਹੜੀਆਂ ਵੋਟਾਂ ਜਿਹੜੀਆਂ ਲੜ ਕੇ ਉਹ ਆਗੂ ਬਣਿਆ ਸੀ। ਬੰਦੇ ਆ ਜਿਹੜੇ ਇਧਰੋਂ ਸਿੱਖਾਂ ਵਾਲੇ ਵੀ ਹੈਗੇ ਨੇ, ਉਹ ਭਾਵੇਂ ਰਵਨੀਤ ਬਿੱਟੂ ਵਰਗੇ ਹੋਣ, ਭਾਵੇਂ ਮੰਡ ਵਰਗੇ ਹੋਣ, ਇਹ ਸਾਰੇ ਬੰਦੇ ਦਿੱਲੀ ਦੀ ਬੋਲੀ ਬੋਲਦੇ। ਸੋ ਇਹੋ ਬੰਦਿਆਂ ਨੇ ਪੰਜਾਬ ਦੇ ਵਿੱਚ ਖਿਲਾਰਾ ਪਾਇਆ, ਹਿੰਦੂਆਂ ਤੇ ਸਿੱਖਾਂ ਦਾ ਵਿਵਾਦ ਇਹ 84 ਤੋਂ ਪਹਿਲਾਂ ਵੀ ਇਹਨਾਂ ਕਰਾਇਆ ਸੀ, ਹੁਣ ਵੀ ਇਹਨਾਂ ਕਰਾਇਆ ਹੈ। ਇਹਦੇ 'ਚ ਕੁਝ ਚੈਨਲ ਵੀ ਸ਼ਾਮਲ ਨੇ ਜਿਹੜੇ ਇਹਨਾਂ ਬੰਦਿਆਂ ਦੇ ਅੱਗੇ ਮਾਈਕ ਕਰਦੇ ਨੇ ਜਾ ਕੇ, ਜਿਨ੍ਹਾਂ ਨੂੰ ਬੋਲਣ ਦੀ ਤਮੀਜ਼ ਨਹੀਂ, ਜਿਹੜੇ ਵੀਡੀਓ ਤੇ ਕਹਿ ਰਹੇ ਨੇ ਵੀ ਸਿੱਖ ਸਰਦਾਰਾਂ ਨੂੰ ਕੱਢ ਕੱਢ ਕੇ ਮਾਰਾਂਗੇ, ਹੈ ਨਾ। ਸੋ ਆਪਾਂ ਇਹ ਗੱਲ ਸਮਝਣੀ ਹੈ ਵੀ ਇੱਥੇ ਦਿੱਲੀ ਤੇ ਪੰਜਾਬ ਦੀ ਜੰਗ ਹੈ, ਲੜਾਈ ਹੈ, ਆਪਸ 'ਚ ਕੋਈ ਲੜਾਈ ਨਹੀਂ ਹੈਗੀ। ਹਾਂ, ਜਿਹੜਾ ਬੰਦਾ ਦਿੱਲੀ ਦਾ ਦਲਾਲ ਬਣੂਗਾ, ਚਾਹੇ ਉਹ ਸਿੱਖ ਹੋਵੇ, ਅਸੀਂ ਐਲਾਨੀ ਅੱਗੇ ਵੀ ਕਿਹਾ ਸੀ, ਹੁਣ ਫਿਰ ਕਹਿੰਦੇ ਹਾਂ, ਜਿਹੜਾ ਬੰਦਾ ਦਿੱਲੀ ਦਾ ਦਲਾਲ ਬਣੂਗਾ ਉਹ ਸਾਡਾ ਵਿਰੋਧੀ ਹੈ, ਜਿਹੜਾ ਬੰਦਾ ਦਿੱਲੀ ਦੇ ਵਿਰੁੱਧ ਖੜ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ ਡਟ ਕੇ, ਉਹ ਸਾਡਾ ਹਮਾਇਤੀ ਹੈ, ਸਾਥੀ ਹੈ, ਉਹ ਚਾਹੇ ਹਿੰਦੂ ਹੋਵੇ, ਚਾਹੇ ਸਿੱਖ ਹੋਵੇ, ਚਾਹੇ ਮੁਸਲਮਾਨ ਹੋਵੇ, ਉਹ ਗੱਲ